अस्सलाम वालेकुम जी, मैं हाँ थोड़ा अपना होस्ट बाबा जी, पंजाब हेरीटेज दास्तान अपने नवे प्रोजेक्ट को लैके आज मैं पहुँच गया वहाँ खालसा राज। खालसा राज जितों खुशू शुरू होता है, जितों पंजाबी राज शुरू होता है, महाराजा रणजीत सिंह, जनरल हरी सिंह नलवा, महान सिंह, सरदार चरण सिंह, मैं आज पहुँच गया वहाँ तमाम के तमाम पन्ने खोलन वास्ते। शेरां वाला बाग गुजरांवाला दे जिथे दे शेरां ने उठ के 48 साल तक पंजाब दे उत्ते राज कीता। आओ फिर देखने हैं अंदर। शेरांवाला बाग के विच बारादरी महाराजा रणजीत सिंह के उत्ते इस वेले मैं खलोता आया वहाँ, जिहड़ी कि फ्यू ईयर्स इगो चंद साल पहले जिहड़ी है गवर्नमेंट ऑफ पंजाब आर्कियोलॉजी डिपार्टमेंट ने इहनू रेनोवेट किया और इहनू दोबारा अपनी असल फॉर्म दे विच लैके आए हैं। अगर तुसीं इहदी तकरीबन कोई 10 साल पहले वाली अगर पिक्चर देखो तो तुहानू टोटली डिफरेंट नज़र आएगा। इहदा वॉल फ्रेस्को देखने वाला है, इह चीज़ खूबसूरती की अपनी मिसाल आप बन गई है। आओ अंदर देखने हैं। यह बारादरी महाराजा रणजीत सिंह की स्प्रिंग पैलेस यानी कि स्प्रिंग मौसम बहार के अंदर जो महाराजा रणजीत सिंह अपनी खालसा राज बना चुका सी ते इत्थे आके उन्हें बारादरी बनवाई। बारादरी बनवाण का मकसद सिर्फ यह सी कि इत्थे इन्हां दे वालिद जिहड़े ने उन महान सिंह जिहड़े ने लागे ही उन्हां दी समाधि मौजूद है। फिर उस तो बाद इत्थों ही उन्होंने सिलैक्शन की सी जनरल हरी सिंह नलवा जी की। जनरल हरी सिंह नलवा जिहड़े ने वह भी इतों ही सिलैक्ट होए सन, लागे ही इतने अखाड़ा है और एक मुरबे फैलिया हुआ बाग जिहड़ा सी महाराजा रणजीत सिंह ने जिहड़ी है अपने वालिद की याद में सरदार महान सिंह की याद के जिहड़ा सी वह तामीर किया। गल है वे कि पंजाबी राज मां ने सिर्फ दो सूरमे पंजाब के जमे ने जिन्हें महान पंजाब के उत्ते हुकूमत की है। पहला सी राजा पोरस जिन्हों शिकस्त दी आके सिकंदर आजम ने, और दूसरा महान पुत्र कौन सी? वह महाराजा रणजीत सिंह सी, सन ऑफ द सॉयल, गुजरांवाले की पैदाइश, ऐसे जगह की पैदाइश सी जिथे कि असी अज पंजाब हैरीटेज दास्तान नू कवर करन वास्ते आए हैं। मैं सैल्यूट कर रहा हाँ गवर्नमेंट ऑफ पंजाब और आर्कियोलॉजी डिपार्टमेंट ऑफ पाकिस्तान जिन्होंने इन्ना खूबसूरत आर्ट वर्क एक बार बंदा देखता तो लगता जिमें कि शायद एने शानो शायान जिहड़ा सी ਉਹ ਉਸ ਵੇਲੇ ਵੀ ਨਾ ਹੋਵੇ ਜਦੋਂ ਕਿ ਬਾਰਾਦਰੀ ਜਦੋਂ ਬਣਾਈ ਗਈ ਸੀ ਅਤੇ ਉਹਦੇ ਅੰਦਰ ਉਸ ਵੇਲੇ ਵੀ ਇੰਨਾ ਵਾਲ ਫਰੈਸਕੋ ਮੌਜੂਦ ਨਹੀਂ ਸੀ ਜਿੰਨਾ ਕਿ ਹੁਣ ਇਹਦੇ 'ਤੇ ਮਿਹਨਤ ਕੀਤੀ ਗਈ ਹੈ। ਸੇਮ ਥਿੰਗ ਜਿਹੜੀ ਹੈ ਸ਼ੇਰਾਂ ਵਾਲਾ ਬਾਗ ਜਾਂ ਸ਼ੇਰਾਂ ਵਾਲੀ ਬਾਰਾਦਰੀ ਜਿਹੜੀ ਹੈ ਮਹਾਰਾਜਾ ਸ਼ੇਰ ਸਿੰਘ ਦੀ ਸਮਾਧ ਔਰ ਉਹਦੇ ਨਾਲ ਜਿਹੜਾ ਇਹੋ ਹੀ ਕੰਮ ਕੀਤਾ ਗਿਆ। ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਜਦੋਂ ਕਿਸੇ ਵੀ ਹਿਸਟੋਰੀਕਲ ਪੁਆਇੰਟ ਨੂੰ ਜਿਹੜਾ ਉਹ ਰੈਨੋਵੇਟ ਕੀਤਾ ਜਾਂਦਾ, ਉਹਨੂੰ ਉਹਦੀ ਅਸਲ ਹਾਲਤ ਵਿੱਚ ਲੈ ਕੇ ਆਇਆ ਜਾਂਦਾ ਔਰ ਹਿਸਟਰੀ ਜਦੋਂ ਪ੍ਰਜ਼ਰਵ ਹੁੰਦੀ ਹੈ। ਯਾਦ ਰੱਖਣਾ ਕਿ ਹਿਸਟਰੀ ਇੱਕ ਵਾਰੀ ਆਪਣੇ ਆਪ ਨੂੰ ਦੁਹਰਾਉਂਦੀ ਜ਼ਰੂਰ ਹੈ, ਆਪਣਾ ਆਪ ਦੱਸਦੀ ਜ਼ਰੂਰ ਹੈ। ਇਸ ਵਾਸਤੇ ਆਉਣ ਵਾਲੀਆਂ ਨਸਲਾਂ ਵਾਸਤੇ ਸਾਨੂੰ ਇਹਨਾਂ ਚੀਜ਼ਾਂ ਨੂੰ ਜਿਹੜਾ ਉਹ ਬਚਾਉਣਾ ਪਏਗਾ ਔਰ ਆਉਣ ਵਾਲੀਆਂ ਨਸਲਾਂ ਨੂੰ ਦੱਸਣਾ ਪਏਗਾ ਕਿ ਸਾਡੇ ਇੱਥੇ ਕੀ ਗੁਜ਼ਰਿਆ, ਕਿਸ ਤਰੀਕੇ ਨਾਲ ਗੁਜ਼ਰਿਆ ਔਰ ਕੌਣ ਕੌਣ ਕੀ ਕਰਦਾ ਰਿਹਾ। ਇਸ ਵਾਸਤੇ ਪੰਜਾਬੀਆਂ ਨੂੰ ਆਪਣੀ ਹਿਸਟਰੀ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਗੱਲ ਇਸ ਅੰਬਰ ਦੀ ਹੈ ਕਿ ਆਉਣ ਵਾਲੀ ਨਸਲ ਨੂੰ ਕਿਸ ਤਰੀਕੇ ਨਾਲ ਪੰਜਾਬੀ ਪੰਜਾਬੀਆਤ ਔਰ ਪੰਜਾਬੀ ਪੰਜਾਬ ਦੀ ਹਿਸਟਰੀ ਨੂੰ ਰੋਸ਼ਨਾਸ ਕਰਵਾਇਆ ਜਾ ਹੈ। ਇਸੇ ਲਈ ਅਸੀਂ ਪ੍ਰੋਗਰਾਮ ਜਿਹੜਾ USIP ਨਾਲ ਸਪੋਰਟਿਡ ਪ੍ਰੋਗਰਾਮ ਜਿਹੜਾ ਕਰ ਰਹੇ ਹਾਂ ਪੰਜਾਬ ਹੈਰੀਟੇਜ ਦਾਸਤਾਨ। ਇਹ ਬਾਗ ਜਿਹੜਾ ਜਿੱਥੇ ਅਸੀਂ ਖਲੋਤੇ ਮੈਂ ਜਿਹੜੇ ਆਪਣੀਆਂ ਸ਼ਾਨਾਂ ਵਿਖਾ ਰਿਹਾ, ਇਹ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵਾਲਿਦ ਦੀ ਯਾਦ ਦੇ ਵਿੱਚ ਬਣਵਾਇਆ ਸੀ ਔਰ ਇਹ ਹੈ ਉਹ 3 ਮੰਜ਼ਿਲਾ ਸਮਾਧ ਜਿਹੜੀ ਹੈ ਕਿ ਆਪਣੇ ਵਾਲਿਦ ਸਾਹਿਬ ਦੀ ਯਾਦ ਦੇ ਵਿੱਚ 3 ਮੰਜ਼ਿਲਾ ਸਮਾਧ ਜਿਹੜੀ ਬਣਾਈ ਸੀ। ਬਹੁਤ ਪਿਆਰੇ ਫੁਲਕਾਰੀਆਂ ਕਰਕੇ, ਬਹੁਤ ਪਿਆਰੇ ਇਹਦੇ ਉੱਤੇ ਜਿਹੜੇ ਸਨ ਉਹ ਵਾਲ ਫਰੈਸਕੋ ਬਣਿਆ ਹੋਇਆ ਸੀ। ਇਹਦੇ ਅੰਦਰ ਬੇਸ਼ੱਕ ਕੋਈ ਚੀਜ਼ ਨਹੀਂ ਸੀ ਲੇਕਿਨ ਬਾਹਰਲੇ ਪਾਸੇ ਬਹੁਤ ਹੀ ਸੋਹਣਾ ਕੰਮ ਕੀਤਾ ਗਿਆ ਸੀ ਔਰ ਇੱਥੇ ਕਦੀ ਇੱਕ ਮੈਂ ਪਿਕਚਰ ਸ਼ੋਅ ਕੀਤੀ ਹੈ 1910 ਦੀ,
ਗਾਲਬਨ ਕੋਈ 110 ਸਾਲ ਪਹਿਲੇ ਜਾਂ 115 ਸਾਲ ਪਹਿਲੇ ਇਸ ਜਗ੍ਹਾ ਦੀ ਕੀ ਸ਼ਾਨੋ ਸ਼ੌਕਤ ਸੀ ਜਦੋਂ ਬ੍ਰਿਟਿਸ਼ ਰਾਜ ਸੀ। ਲੋਕ ਇੱਥੇ ਪਿਕਨਿਕ ਮਨਾ ਰਹੇ ਨੇ, ਲੋਕ ਇਹਦੇ ਸਮਾਧੀ ਦੇ ਨਾਲ ਬਣੀ ਹੋਈ ਇੱਕ ਪੂਰੀ ਜਗ੍ਹਾ ਹੈ ਜਿਹਦੇ ਉੱਤੇ ਇਸ ਜਗ੍ਹਾ ਦੇ ਆ ਕੇ ਦੀਦਾਰ ਕਰ ਰਹੇ ਨੇ, ਬਾਗ ਪੂਰਾ ਦੇਖ ਰਹੇ ਨੇ ਔਰ ਇਸ ਬਾਰਾਦਰੀ ਦੇ ਵਿੱਚ ਜਿਹੜੇ ਨੇ ਉਹ ਇੰਜੋਏ ਕਰ ਰਹੇ ਨੇ। ਐਸੇ ਜਗ੍ਹਾ ਦੇ ਉੱਤੇ ਹੀ ਫਸਟ ਟਾਈਮ ਮਹਾਰਾਜਾ ਰਣਜੀਤ ਸਿੰਘ ਨੇ ਕਸਰਤ ਕਰਦੇ ਹੋਏ ਦੇਖਿਆ ਸੀ ਜਨਰਲ ਹਰੀ ਸਿੰਘ ਨਲਵਾ ਨੂੰ, ਜਿਹੜਾ ਕਿ ਸਿੱਖ ਰਾਜ ਦਾ ਸਭ ਤੋਂ ਕਾਬਿਲ ਜਨਰਲ ਗੁਜ਼ਰਿਆ ਔਰ ਉਹਦੀ ਸਕਸੈਸ਼ਨ ਦੇ ਮੁਤਲਕ ਕੋਈ ਮੈਂ ਅੱਖਰ ਕਹਾਂ ਤਾਂ ਉਹ ਥੋੜ੍ਹੇ ਨੇ। ਲਿਹਾਜ਼ਾ ਮੈਂ ਤੁਹਾਨੂੰ ਉਹ ਜਗ੍ਹਾ ਵੀ ਦਿਖਾਵਾਂਗਾ ਜਿੱਥੇ ਕਿ ਜਿੱਥੋਂ ਕਿ ਜਨਰਲ ਹਰੀ ਸਿੰਘ ਨਲਵਾ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸਿਲੈਕਟ ਕੀਤਾ ਸੀ ਆਪਣੀ ਫੌਜ ਦੇ ਜਰਨੈਲ ਦੇ ਤੌਰ 'ਤੇ। ਜੀ ਇਹ ਹੈ ਉਹ ਅਖਾੜਾ ਔਰ ਇਹ ਹੈ ਉਹ ਮਿੱਟੀ ਜਿੱਥੋਂ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਨਰਲ ਹਰੀ ਸਿੰਘ ਨਲਵਾ ਨੂੰ ਇੱਥੇ ਕਸਰਤ ਕਰਦੇ ਹੋਏ ਐਸੇ ਬਾਗ ਦੇ ਅੰਦਰ ਦੇਖਿਆ ਸੀ ਔਰ ਉਹਦੀ ਜਵਾਨੀ ਔਰ ਉਹਦੀ ਮਜ਼ਬੂਤੀ ਦੇਖ ਕੇ ਔਰ ਉਹਦਾ ਕੋਲ ਦੇਖ ਕੇ ਇੱਥੇ ਉਹਨੂੰ ਐਜ਼ ਏ ਆਪਣੀ ਆਰਮੀ ਦੇ ਵਿੱਚ ਸਿਲੈਕਟ ਕੀਤਾ ਸੀ, ਆਪਣੀ ਫੌਜ ਵਿੱਚ ਲੈ ਲਿਆ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਜੋ ਜੋ ਜੌਹਰ ਦਿਖਾਏ ਉਹ ਤਮਾਮ ਦੁਨੀਆਂ ਨੇ ਦੇਖੇ। ਲਾਹੌਰ ਤੋਂ ਉੱਠ ਕੇ ਇੱਕ ਬੰਦਾ ਕਾਬਲ ਦੇ ਬਾਰਡਰ ਜਮਰੋਦ ਤੱਕ ਜਿਹੜਾ ਜਾ ਕੇ ਸਕਸੈਸ਼ਨਸ ਕਰਦਾ ਹੈ ਔਰ ਉਸ ਤੋਂ ਬਾਅਦ ਸ਼ਬਕਦਰ ਦਾ ਕਿਲ੍ਹਾ ਔਰ ਹਰੀਪੁਰ ਜਿਹੜਾ ਕਿ ਉਸ ਵੇਲੇ ਵਾਰ ਵਾਰ ਆ ਰਿਹਾ ਸੀ ਕਿ ਬਗਾਵਤ ਹੋ ਰਹੀ ਹੈ ਹਜ਼ਾਰੇ ਵਾਲੇ ਪਾਸੋਂ ਆਮ ਸਟੇਟ ਵਾਲੇ ਪਾਸੋਂ, ਅਤੇ ਉਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਵਾਸਤੇ ਜਨਰਲ ਹਰੀ ਸਿੰਘ ਨਲਵਾ ਦਾ ਨਾਮ ਜਿਹੜਾ ਉਹ ਬਹੁਤ ਵਾਰ ਵਾਰ ਲਿਆ ਜਾਂਦਾ ਕਿ ਅਗਰ ਇਹ ਸੂਰਮਾ ਇਸ ਜਗ੍ਹਾ ਦੇ ਉੱਤੋਂ ਸਿਲੈਕਟ ਨਾ ਹੁੰਦਾ ਉਸ ਵੇਲੇ ਜਾਂ ਮਹਾਰਾਜਾ ਰਣਜੀਤ ਸਿੰਘ ਕਸਰਤ ਕਰਦੇ ਨਾ ਦੇਖਦਾ ਤਾਂ ਅੱਜ ਪੰਜਾਬ ਦੀ ਹਿਸਟਰੀ ਜਿਹੜੀ 48 ਸਾਲਾਂ ਦੀ ਮੈਂ ਵਾਰ ਵਾਰ ਜਿਹਨੂੰ ਕਿ ਖਾਲਸਾ ਰਾਜ ਕਹਿਣਾ ਵਾਂ ਉਹ ਕਦੇ ਵੀ ਪੂਰਾ ਨਾ ਹੋ ਪਾਉਂਦਾ। ਉਹ ਇਸ ਅਖਾੜੇ ਦੀ ਮਰਹੂਨੇ ਮਿਹਨਤ ਹੈ ਔਰ ਇੱਥੋਂ ਹੀ ਕਸਰਤ ਕਰਦੇ ਹੋਏ ਬਹੁਤ ਜ਼ਿਆਦਾ ਸਾਰਾ ਕੁਛ ਜਿਹੜਾ ਪੰਜਾਬ ਦੀ ਹਿਸਟਰੀ ਨੂੰ ਮਿਲਿਆ ਔਰ ਪੰਜਾਬ ਦੀ ਹਿਸਟਰੀ ਜਿਹੜੀ ਹੈ ਤਾਰੀਖ ਤਵਾਰੀਖ ਜਿਹੜੀ ਹੈ ਉਹਦੇ ਵਿੱਚ ਸੁਨਹਿਰੇ ਅੱਖਰਾਂ ਦੇ ਨਾਲ ਜਿਹੜਾ ਉਹ ਨਾਮ ਲਿਖਿਆ ਗਿਆ ਹੈ ਜਿਹਦੇ 'ਤੇ ਆਸਟ੍ਰੇਲੀਅਨਸ, BBC, CNN ਨੇ ਬਹੁਤ ਜ਼ਿਆਦਾ ਸਾਰੇ ਪ੍ਰੋਗਰਾਮ ਕੀਤੇ ਨੇ ਔਰ ਉਹ ਜਵਾਨ ਦਾ ਨਾਮ ਸੀ ਜਨਰਲ ਹਰੀ ਸਿੰਘ ਨਲਵਾ।